ਇੱਦਾਂ ਜੀ ਕਿ ਵੀ ਆਰਮੀ ਦੇ ਵਿੱਚ ਰਹਿੰਦੇ ਹੋਏ ਨਾ ਮੈਨੂੰ ਇੱਕ ਵਾਰ ਮੌਕਾ ਮਿਲਿਆ ਅੰਡੇਮਾਨ ਨਿਕੋਬਾਰ ਜਾਣ ਦਾ, ਤਾਂ ਸਾਡਾ ਉੱਥੇ ਇੱਕ ਸੈਕਸ਼ਨ ਹੈ EWS, ਉਹਦੇ ਵਿੱਚ ਮੇਰੀ ਪੋਸਟਿੰਗ ਕਰ ਦਿੱਤੀ ਗਈ। ਕੋਈ 18 ਕੁ ਮਹੀਨੇ ਮੈਂ ਉੱਥੇ ਰਿਹਾ। ਉੱਥੇ ਜਦੋਂ ਅੰਗਰੇਜ਼ਾਂ ਦਾ ਰਾਜ ਖਤਮ ਹੋਇਆ ਤਾਂ ਲੋਕਾਂ ਨੂੰ ਛੱਡ ਦਿੱਤਾ ਗਿਆ ਸੀ, ਜੇਲ੍ਹ ਖਾਲੀ ਕਰ ਦਿੱਤੀ ਗਈ ਅਤੇ ਉਹਦਾ ਮਿਊਜ਼ੀਅਮ ਬਣਾ ਦਿੱਤਾ। ਉਹ ਬਾਕੀ ਤਾਂ ਜਿਨ੍ਹਾਂ ਦੀ ਕੋਈ ਸੀ ਇੱਧਰ ਪੰਜਾਬ ਦੇ ਵਿੱਚ ਜਾਂ ਆਪਣੇ ਇੱਧਰਲੇ ਕੈਦੀ ਸੀਗੇ, ਉਹ ਜਿਨ੍ਹਾਂ ਤਾਂ ਸੀਗੇ ਇੱਧਰ ਉਹਨਾਂ ਤਾਂ ਸੰਭਾਲ ਲਿਆ। ਕਈਆਂ ਦੇ ਜ਼ਮੀਨਾਂ 'ਤੇ ਕਬਜ਼ੇ ਹੋ ਗਏ ਸੀ ਅਤੇ ਉਹ ਵਿਚਾਰੇ ਵਾਪਸ ਮੁੜ ਗਏ ਉੱਥੇ। ਕਈਆਂ ਦੀ ਤਾਂ ਮੌਤ ਹੋ ਗਈ, ਪਰ ਸਾਨੂੰ ਜਲੰਧਰ ਜ਼ਿਲ੍ਹੇ ਦਾ ਇੱਕ ਬਜ਼ੁਰਗ ਮਿਲਿਆ ਜਿਹੜਾ ਕਹਿੰਦਾ ਸੀਗਾ ਵੀ ਮੇਰੇ ਭਤੀਜਿਆਂ ਨੇ ਮੇਰੀ ਜ਼ਮੀਨ ਦੱਬ ਲਈ ਅਤੇ ਮੇਰਾ ਉੱਥੇ ਕੋਈ ਨਹੀਂ। ਉਹ ਵਾਪਸ ਚਲਿਆ ਗਿਆ, ਜਾ ਕੇ ਉਹਨੇ ਉੱਧਰ ਭੇਡਾਂ ਬੱਕਰੀਆਂ ਚਾਰ ਕੇ ਕੁਛ ਸਮਾਂ ਟਾਈਮ ਪਾਸ ਕੀਤਾ। ਫਿਰ ਉੱਧਰ ਹੀ ਜਨਾਨੀ ਨਾਲ ਵਿਆਹ ਕਰਾ ਕੇ ਉਹਦੇ ਬੱਚੇ ਸੀ, ਉਹਨੇ ਦੱਸਿਆ ਕਿ ਅਸੀਂ ਖੇਤੀ ਕਰਦੇ ਹਾਂ ਇੱਧਰ। ਖੇਤੀ ਗੌਰਮੈਂਟ ਨੇ ਜ਼ਮੀਨ ਅਲਾਟ ਕਰਤੀ, ਹੁਣ ਉੱਧਰ ਦਾ ਜਨਜੀਵਨ ਬਹੁਤ ਵਧੀਆ, ਲੋਕ ਬੜਾ ਸੌਖੇ ਨੇ, ਕਿਉਂਕਿ ਸਰਕਾਰਾਂ ਦਾ ਟੈਕਸ ਵਗੈਰਾ ਉੱਥੇ ਬਿਲਕੁਲ ਨਹੀਂ ਹੈ, ਬਹੁਤ ਘੱਟ ਹੈ, ਹਰੇਕ ਚੀਜ਼ ਸਸਤੀ ਹੈ। ਔਰ ਲੋਕ ਉੱਥੇ ਦੇ ਰਹਿਣ ਸਹਿਣ ਦੇ ਵਿੱਚ ਵੀ ਢਲ ਗਏ। ਪਰ ਰਹੀ ਗੱਲ ਜਿਹੜੀ ਜੇਲ੍ਹ ਦੀ, ਜੇਲ੍ਹ ਬਹੁਤ ਵੱਡਾ ਨਰਕ ਸੀ। ਨਰਕ ਇਉਂ ਸੀਗਾ ਕਿ ਜਿਹੜਾ ਕੈਦੀਆਂ ਦੇ ਨਾਲ ਪਸ਼ੂਆਂ ਵਾਲਾ ਵਿਹਾਰ ਕਰਦੇ, ਉੱਥੋਂ ਸਟੋਰੀ ਪੜ੍ਹ ਕੇ ਪਤਾ ਲੱਗਦਾ ਜਿਨ੍ਹਾਂ ਨੇ ਸਜ਼ਾ ਕੱਟੀ ਆ, ਉਹਨਾਂ ਦਾ ਬੋਰਡ ਲੱਗਿਆ ਹੋਇਆ ਉੱਥੇ, ਉਹਨਾਂ ਦੇ ਨਾਂ ਲਿਖੇ ਹੋਏ ਆ, ਅਤੇ ਜ਼ਿਆਦਾਤਰ ਆਪਣੇ ਪੰਜਾਬੀ ਨੇ ਉਹਦੇ ਵਿੱਚ ਜਿਹੜੇ ਆਜ਼ਾਦ ਘਲਾਟੀ ਸੀ, ਜਿਹੜੇ ਮਤਲਬ ਜਿੱਦਾਂ ਗਦਰੀ ਸੀ ਜਾਂ ਹੋਰ ਲੋਕ ਅੰਗਰੇਜ਼ਾਂ ਦੇ ਖਿਲਾਫ਼ ਬਗਾਵਤ ਕਰਦੇ ਸੀ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਸੀ। ਉਹ ਸਟੋਰੀ ਮੁਤਾਬਕ ਮੈਂ ਪੜ੍ਹਿਆ ਉੱਥੇ, ਜਿਹੜੇ ਕੋਹਲੂ ਖਿਚਾਉਂਦੇ ਸੀ ਕੁੱਟ ਕੁੱਟ ਕੇ ਤੇ ਬੀਜਾਂ ਦੇ ਵਿੱਚੋਂ ਤੇਲ ਕਢਾਉਂਦੇ ਸੀ, ਉਹ ਫਿਰ ਕਹਿੰਦੇ ਸੀ ਵੀ ਜੇ ਜਿੰਨਾ ਮਤਲਬ ਤੇਲ ਹੋਣਾ ਚਾਹੀਦਾ, ਜੇ ਸ਼ਾਮ ਤੱਕ ਨਹੀਂ ਹੁੰਦਾ ਸੀ ਤਾਂ ਉਹ ਕੈਦੀ ਦੇ ਕੁੱਟ ਪੈਂਦੀ ਸੀ, ਜੋ ਸਟੋਰੀ 'ਚ ਲਿਖਿਆ ਹੋਇਆ। ਉਹ ਜਿਹੜੀ ਜੇਲ੍ਹ ਹੈ ਉਹ ਸੈਲੂਰ ਸ਼ਹਿਰ ਹੈ, ਉੱਥੇ ਜੇਲ੍ਹ ਹੈ। ਜੇਲ੍ਹ ਇਸ ਟਾਈਪ ਦੀ ਬਣਾਈ ਹੋਈ ਹੈ ਕਿ ਇੱਕ ਕੈਦੀ ਦੂਜੇ ਨਾਲ ਗੱਲ ਨਹੀਂ ਸੀ ਕਰ ਸਕਦਾ, ਉਹਨੂੰ ਖਾਣ ਲਈ ਇੱਕ ਬਰਤਨ ਦਿੱਤਾ ਜਾਂਦਾ ਸੀ, ਇੱਕ ਜਿੱਦਾਂ ਆਪਾਂ ਜੰਗਲ ਪਾਣੀ ਕਹਿ ਦਿੰਦੇ ਹਾਂ, ਮਤਲਬ ਉੱਥੇ ਹੀ ਕਮਰੇ ਦੇ ਵਿੱਚ ਹੀ ਕਰਦਾ ਸੀ। ਉਹਦੇ ਨਾਲ ਜਾਣੀ ਬਹੁਤ ਮਾੜਾ ਵਿਹਾਰ ਹੁੰਦਾ ਸੀ, ਮੈਕਸੀਮਮ ਕੈਦੇ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਮੌਤ ਹੋ ਜਾਂਦੀ ਸੀ, ਕੋਈ ਸੁਣਵਾਈ ਨਹੀਂ ਸੀ, ਕੋਈ ਇਲਾਜ ਨਹੀਂ, ਡਾਕਟਰੀ ਇਲਾਜ ਕੁਛ ਨਹੀਂ। ਅਤੇ ਜਦੋਂ ਦੇਸ਼ ਆਜ਼ਾਦ ਹੋਇਆ ਫਿਰ ਉਹ ਲੋਕ ਆਪਣੇ ਆਪ ਹੀ ਆਜ਼ਾਦ ਹੋ ਗਏ, ਅਤੇ ਜਿਹੜੇ ਤਾਂ ਬੱਸ ਗਏ ਉਹ ਠੀਕ ਆ, ਜਿਹੜੇ ਵਿਚਾਰੇ ਵਾਪਸ ਮੁੜ ਗਏ ਉਹਨਾਂ 'ਚੋਂ ਵੀ ਮੈਕਸੀਮਮ ਲੋਕਾਂ ਦੀ ਮੌਤ ਹੋਏਗੀ। ਸਾਨੂੰ ਤਾਂ ਸਿਰਫ ਇੱਕ ਬਜ਼ੁਰਗ ਜਲੰਧਰ ਜ਼ਿਲ੍ਹੇ ਦਾ ਮਿਲਿਆ ਸੀ। 95 ਤੋਂ ਲੈ ਕੇ 96 ਤੱਕ 2 ਸਾਲ ਮੇਰੀ ਨੌਕਰੀ ਉੱਥੋਂ ਦੀ ਆ, ਉਸ ਤੋਂ ਬਾਅਦ ਮੈਂ ਕੋਰਸ 'ਚ ਨਾ ਆਉਣ ਕਰਕੇ ਮੈਂ ਆਪਣੀ ਯੂਨਿਟ ਵਾਪਸ ਆ ਗਿਆ ਸੀ। ਠੀਕ।